ਜਥੇਬੰਦੀਆਂ ਵੱਲੋਂ ਮੰਗਾਂ ਦੇ ਸੰਬੰਧ ਵਿੱਚ SDM ਦਫ਼ਤਰ ਦਾ ਕੀਤਾ ਗਿਆ ਘਿਰਾਓ। ਫਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਢੁਕਵਾਂ ਮੁਆਵਜ਼ਾ ਦੇਣ ਦੀ ਕੀਤੀ ਗਈ ਮੰਗ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ ਸਮੂਹ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ, ਹਲਕਾ ਮਜੀਠਾ ਦੇ ਪਿੰਡਾਂ ਦੀਆਂ ਸਮੂਹ ਪੰਚਾਇਤਾਂ ਅਤੇ ਨੰਬਰਦਾਰਾਂ ਵੱਲੋਂ ਸਾਂਝੇ ਰੂਪ ਵਿੱਚ ਸਵੇਰ ਤੋਂ ਹੀ SDM ਦਫ਼ਤਰ ਮਜੀਠਾ ਵਿਖੇ ਇਲਾਕੇ ਦੀਆਂ ਪ੍ਰਮੁੱਖ ਮੰਗਾਂ ਮਨਵਾਉਣ ਵਾਸਤੇ ਜ਼ੋਰਦਾਰ ਰੋਸ ਮੁਜ਼ਾਹਰਾ ਕਰਨ ਉਪਰੰਤ ਦਫ਼ਤਰ ਦਾ ਘਿਰਾਓ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਦੂਸਰੀਆਂ ਪ੍ਰਮੁੱਖ ਜਥੇਬੰਦੀਆਂ ਵੱਲੋਂ SDM ਦਫ਼ਤਰ ਦਾ ਘਿਰਾਓ ਕਰਨ ਉਪਰੰਤ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਤਹਿਸੀਲਦਾਰ ਸ਼੍ਰੀ ਰਤਨਜੀਤ ਕੋਲਰ ਜੀ ਵੱਲੋਂ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਉਹਨਾਂ ਵੱਲੋਂ ਮੰਗ ਪੱਤਰ ਸਵੀਕਾਰ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਹਨ ਕਿ ਅੰਮ੍ਰਿਤਸਰ ਮਜੀਠਾ ਫਤਿਹਗੜ੍ਹ ਚੂੜੀਆਂ ਦੀ ਸੜਕ ਵਿੱਚ ਟੋਏ ਪੈਣ ਨਾਲ ਰੋਜ਼ਾਨਾ ਐਕਸੀਡੈਂਟ ਹੋ ਰਹੇ ਹਨ ਅਤੇ ਗੱਡੀਆਂ ਦੀ ਟੁੱਟ ਭੱਜ ਹੋ ਰਹੀ ਹੈ। ਸੋ ਪਹਿਲ ਦੇ ਆਧਾਰ 'ਤੇ ਇਹ ਸੜਕ ਨਵੀਂ ਬਣਾਈ ਜਾਵੇ। ਉਸ ਤੋਂ ਉਪਰੰਤ ਝੋਨੇ ਦੀ ਗਲੇਮਾਰੀ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਮਜੀਠਾ ਰੇਲਵੇ ਫਾਟਕ ਸੜਕ ਉੱਚੀ ਨੀਵੀਂ ਹੋਣ ਕਾਰਨ ਟ੍ਰੈਫਿਕ ਜਾਮ ਰਹਿੰਦੀ ਹੈ ਅਤੇ ਗੱਡੀਆਂ ਦੀ ਟੁੱਟ ਭੱਜ ਹੁੰਦੀ ਹੈ। ਦਿਨ ਬ ਦਿਨ ਐਕਸੀਡੈਂਟ ਹੋ ਰਹੇ ਹਨ। ਪਹਿਲ ਦੇ ਆਧਾਰ 'ਤੇ ਸਹੀ ਕਰਵਾਇਆ ਜਾਵੇ। ਪਿੰਡ ਵਡਾਲਾ ਵਿੱਚ 2 ਮੀਟ ਦੇ ਕਾਰਖਾਨੇ ਲੱਗੇ ਹੋਏ ਹਨ। ਉਹਨਾਂ ਨਾਲ ਵਾਤਾਵਰਨ ਖਰਾਬ ਹੋ ਰਿਹਾ ਹੈ ਅਤੇ ਬਿਮਾਰੀਆਂ ਲੱਗਣ ਦਾ ਵੀ ਡਰ ਹੈ। ਤੁਰੰਤ ਹੱਲ ਕੱਢਿਆ ਜਾਵੇ। ਅੰਮ੍ਰਿਤਸਰ ਤੋਂ 8 ਵਜੇ ਵਾਲੀ ਪੰਜਾਬ ਰੋਡਵੇਜ਼ ਬੱਸ ਬੰਦ ਕਰ ਦਿੱਤੀ ਗਈ ਹੈ, ਤੁਰੰਤ ਚਾਲੂ ਕਰਵਾਈ ਜਾਵੇ ਅਤੇ ਸ਼ਹਿਰ ਮਜੀਠਾ ਦੇ ਵਿੱਚ ਦੋਨਾਂ ਫੁੱਟਪਾਥਾਂ 'ਤੇ ਮਿੱਟੀ ਦੇ ਢੇਰ ਲੱਗੇ ਹੋਏ ਹਨ, ਕਚਰੇ ਦੇ ਢੇਰ ਲੱਗੇ ਹੋਏ ਹਨ ਅਤੇ ਸਟਰੀਟ ਲਾਈਟਾਂ ਵੀ ਬੰਦ ਹੋਈਆਂ ਹਨ। ਸੋ ਉਹਨਾਂ ਦੀ ਵੀ ਮੁਰੰਮਤ ਕੀਤੀ ਜਾਵੇ, ਉਸਦਾ ਵੀ ਹੱਲ ਕੀਤਾ ਜਾਵੇ। ਇਸ ਦੌਰਾਨ ਤਹਿਸੀਲਦਾਰ ਸ਼੍ਰੀ ਰਤਨਜੀਤ ਖੁੱਲਰ ਜੀ ਵੱਲੋਂ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਤੁਹਾਡੀਆਂ ਇਹ ਜਿੰਨੀਆਂ ਵੀ ਮੰਗਾਂ ਹਨ ਇਹਨਾਂ ਨੂੰ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਵਾ ਕੇ ਜਲਦੀ ਇਹਨਾਂ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ 'ਤੇ ਮਲਕੀਤ ਸਿੰਘ ਵਡਾਲਾ, ਕਿਸਾਨ ਯੂਨੀਅਨ ਡੱਲੇਵਾਲ, ਰਣਜੀਤ ਸਿੰਘ ਭੋਮਾ ਪ੍ਰਧਾਨ ਸਮਾਜ ਸੁਧਾਰ ਸੰਸਥਾ, ਹਰਭਜਨ ਸਿੰਘ ਟਰਪਈ, ਰਣਬੀਰ ਸਿੰਘ ਮਜੀਠਾ ਜਮਹੂਰੀ ਕਿਸਾਨ ਯੂਨੀਅਨ ਮਜੀਠਾ, ਗੁਰਨੇਕ ਸਿੰਘ ਸਰਪੰਚ, ਜਸਵੰਤ ਸਿੰਘ ਵੀਰਮ, ਹਰਜਿੰਦਰ ਸਿੰਘ ਵਡਾਲਾ, ਜਗਰੂਪ ਸਿੰਘ ਅਠਵਾਲ, ਜਤਿੰਦਰ ਸਿੰਘ ਹਮਜਾ, ਕੁਲਦੀਪ ਸਿੰਘ ਵਡਾਲਾ, ਸਰਦਾਰ ਤਰਲੋਚਨ ਸਿੰਘ ਹੰਜਰਾ ਐਡਵੋਕੇਟ ਅਤੇ ਹੋਰ ਵੀ ਕਿਸਾਨ ਆਗੂ ਵੀ ਮੌਜੂਦ ਸਨ। ਜਥੇਬੰਦੀਆਂ ਵੱਲੋਂ ਮੰਗਾਂ ਦੇ ਸੰਬੰਧ ਵਿੱਚ SDM ਦਫ਼ਤਰ ਦਾ ਕੀਤਾ ਗਿਆ। ਹਾਂਜੀ ਪ੍ਰਧਾਨ ਜੀ, ਅੱਜ ਕੰਪਲੈਕਸ ਦੇ ਵਿੱਚ ਧਰਨਾ ਲਾਉਣਾ ਪਿਆ, ਕਿਉਂ ਲਾਉਣਾ ਪਿਆ ਜੀ? ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਮਲਕੀਤ ਸਿੰਘ ਵਡਾਲਾ, ਜ਼ਿਲ੍ਹਾ ਕਮੇਟੀ ਮੈਂਬਰ ਸਿੱਧੂਪੁਰ। ਅੱਜ ਸਾਡਾ ਵੱਖ ਵੱਖ ਜਨਤਕ ਮੰਗਾਂ ਅਲੱਗ ਅਲੱਗ ਤਰ੍ਹਾਂ ਦੀਆਂ ਸਾਡੀਆਂ ਸੀਗੀਆਂ, ਜਿਹਨਾਂ ਕਰਕੇ ਸਾਨੂੰ ਧਰਨਾ ਲਾਉਣਾ ਪਿਆ ਵਾ। ਇੱਕ ਸਾਡੀ ਸੜਕ ਦਾ ਮਸਲਾ ਸੀਗਾ, ਜਿੱਥੇ ਫਤਿਹਗੜ੍ਹ ਚੂੜੀਆਂ ਰੋਡ ਦਾ, ਬਹੁਤ ਦੁਖਦਾਈ ਗੱਲ ਸੀ ਵੀ ਸਾਡੀ ਸੜਕ ਨਹੀਂ ਬਣਦੀ ਅਤੇ ਸਾਨੂੰ ਬੜੀ ਪ੍ਰੋਬਲਮ ਸੀ, ਬੱਚਿਆਂ ਨੂੰ, ਸਕੂਲ ਵਾਲਿਆਂ ਨੂੰ, ਆਮ ਰਾਹਗੀਰਾਂ ਨੂੰ। ਅਤੇ ਵੱਡੇ ਸਾਡੇ 3 ਧਾਰਮਿਕ ਸਥਾਨ ਨੇ, ਬਾਬਾ ਲਾਲ ਜੀ ਦਾ ਮੰਦਰ ਆ, ਫਿਰ ਜਿਹੜਾ ਬਾਬਾ ਨਾਨਕ ਸਾਹਿਬ ਆ, ਬਾਬਾ ਬੁੱਢਾ ਸਾਹਿਬ ਦਾ ਮਾਤਾ ਗੁਰਦੁਆਰਾ ਰਮਦਾਸ ਸਿੰਘ 'ਤੇ ਜਾਂਦੀ ਹੈ, ਬੜੀ ਪਰੇਸ਼ਾਨ ਹੁੰਦੀ ਆ। ਰਾਤ ਨੂੰ ਬੜੀਆਂ ਲੁੱਟਾਂ ਹਵਾਉਂਦੀਆਂ, ਸਲੋ ਗੱਡੀਆਂ ਨੂੰ ਲੋਕ ਮਾਰਦੇ ਆ, ਰਾਡਾ ਮਾਰਦੇ ਆ ਅਤੇ ਲੁੱਟਾਂ ਹਵਾਉਂਦੀਆਂ। ਕੁਝ ਇੱਕ ਸਾਡਾ ਬੱਸ ਦਾ ਮੁੱਦਾ ਸੀਗਾ, ਜਿਹੜਾ ਛੋਟਾ ਜਿਹਾ ਮੁੱਦਾ ਵਾ, ਕੋਈ ਏਡਾ ਵੱਡਾ ਮਸਲਾ ਨਹੀਂ ਗਾ। ਸਾਡੀ ਜਿਹੜੀ 8:30 ਵਾਲੀ ਬੱਸ ਆ ਚੰਡੀਗੜ੍ਹ ਦੀ, ਉਹ ਬੰਦ ਕਰਤੀ ਹੈ ਰਾਤ ਨੂੰ। ਕੋਈ ਇਸ਼ੂ ਦੱਸਦੇ ਸਾਨੂੰ ਡਿਪਾਰਟਮੈਂਟ ਵੱਲੋਂ ਵੀ, ਸਾਡੇ ਖਵਾ ਖਵਾ ਜਾਂ ਕਨੈਕਟਰ ਦਾ ਝੋਲਾ ਖਾਇਆ ਗਿਆ ਵਾ, ਪਰ ਉਹ ਡਿਪਾਰਟਮੈਂਟ ਆਪਣੇ ਤੌਰ 'ਤੇ ਉਹਨੂੰ ਹੱਲ ਕਰੇ, ਉਹਨਾਂ ਨੂੰ ਖਬਰਾਂ ਦੇਵੇ, ਉੱਥੇ ਕਹਿੰਦੇ ਰੈਸਟ ਦੇਵੇ ਡਰਾਈਵਰ ਕਨੈਕਟਰ ਨੂੰ ਅਤੇ ਉਹ ਆਪਣੇ ਅੱਡੇ 'ਤੇ ਸੌਣ। ਉਹ ਏਡਾ ਵੱਡਾ ਇਸ਼ੂ ਨਹੀਂ ਡਿਪਾਰਟਮੈਂਟ ਕਾ ਜੀ, ਉਹ ਸਿਰਫ ਐਵੇਂ ਇੱਕ ਧਕਵਾਜ ਦੌੜ ਦੀ ਗੱਲ ਆ। ਬਾਕੀ ਸਾਡੇ ਇੱਕ ਮੀਟ ਫੈਕਟਰੀ ਆ, ਜਿਹਦਾ ਸਿਸਟਮ ਨਹੀਂ ਗਾ ਸਹੀ, ਜਿਹੜਾ ਪ੍ਰਦੂਸ਼ਣ ਫੈਲਾਉਂਦੀਆਂ ਵਾ, ਉਹ ਵੀ ਇੱਕ ਬੜਾ ਘਾਤਕ ਸਾਡਾ ਹੁੰਦਾ ਵਾ, ਸਾਨੂੰ ਬੜਾ ਉਹਦਾ ਪ੍ਰਦੂਸ਼ਣ ਦਾ ਇਫੈਕਟ ਆ ਲੋਕਾਂ ਦੇ। ਉਹਦੇ ਬਾਰੇ ਅਸੀਂ ਇੱਕ ਮੰਗ ਪੱਤਰ ਲਿਖਿਆ ਵਾ, ਇੱਕ ਝੋਨਾ ਹੈ ਸਾਡਾ ਘੜੀਆ ਚੌਂਕ 5 ਪਿੰਡਾਂ ਦਾ, ਉਹਦੇ ਬਾਰੇ ਕਾਫੀ ਸਮੇਂ ਤੋਂ ਉਹ ਲਟਕਦੀ ਸਾਡੀ ਮੰਗ ਸੀਗੀ, ਅਤੇ ਜਿਹਦੇ ਵਿੱਚ ਅਸੀਂ ਵੱਖ ਵੱਖ ਕਿਸਾਨ ਜਥੇਬੰਦੀਆਂ, ਸਾਡਾ ਇਹ ਭਰਾ ਵਾ ਭੋਮਾ, ਰਣਵੀਰ ਸਿੰਘ ਭੋਮਾ, ਇਹ ਸਾਨੂੰ ਸਹਿਯੋਗ ਕਰ ਰਿਹਾ, ਸਾਰੇ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਅਜੇ ਸੰਘਰਸ਼ ਕਰਿਆ ਵਾ। ਅਤੇ ਕੁਝ ਸਾਨੂੰ ਪਤਾ ਲੱਗਾ ਵਾ ਕਿ ਡੀਸੀ ਸਾਹਿਬ ਨੇ ਸਾਡੀ ਪਰਿਵਾਰ ਕੀਤੀ ਆ ਬੇਨਤੀ, ਸਾਡੀ ਸੜਕ ਬਾਰੇ ਉਹਨਾਂ ਨੇ ਖਬਰ ਲਾਈ ਆ, ਪਰ ਅਸੀਂ ਚਾਹੁੰਦੇ ਹਾਂ ਵੀ ਇਹਨੂੰ ਭਖਦਾ ਰੱਖਿਆ ਜਾਵੇ ਮਸਲੇ ਨੂੰ, ਪ੍ਰਸ਼ਾਸਨ ਨਾਲ ਢੰਗ ਨਾਲ ਤਰੀਕੇ ਨਾਲ ਜਾਬਤੇ 'ਚ ਰਹਿੰਦੇ ਆ,
कानून के दायरे रहा है अं संघर्ष जारी रखिए प्रशासन सरकार जगा के रखिए मांग अगेसरी ना की जाए जो लोगों के मुद्दे ने यह हल हो बड़ी वही गल नहीं बड़ा वाला इशू नहीं गा सारिया सड़क बन दिया वा सारे का मेंटेनेंस आता सड़क का मेंटेनेंस नहीं आता और यह बेनती साड़ी सरकार प्रवान करे अं हाथ जोड़ के बेनती करते हैं बाकी तू अगे सारिया गल दस ही बैठे तो कुछ भाजपा जी सिंह नहीं सुनिए वैगुरु जी खालसा वैगुरू अच्छा भम्मा साहब तुहानू की लगता है कि जिहड़ा जी मंग पत्र तुसीं देण आए हो इत्थे जां दित्ता होया तां उहदे ते कोई कारवाई होएगी क्योंकि अजे तक वेख्या जावे तां सरकारां जिहड़ियां हैगियां वा उह सिर्फ भरोसे ही दिंदियां आईआं वा पर कदी कारवाई नहीं कदी होई अज समूह किसान जथेबंदियां ने एस डी एम मजीठा च मंग पत्र धरना जिहड़ा जलाया समूह पंचायतां लंबरदारां पिंड नगर निवासियां ने अज साढ़े बड़ी खुशी वाली गल है कि सारिया ही किसान जथेबंदियां पिंडां दीआं पंचायतां लंबड़दार नगर निवासी एक चंगे मसले लई जिहड़ी उहनां दे विच आवाज़ जिहड़ी आ जाग लगी है अज एस डी एम मजीठा नूं मंग पत्र देण आए हन पर उह एस डी एम मजीठा दा अपने रझेवें होण करके तहसीलदार ने मंग पत्र लिया है पर डी सी साहब का बयान भी आया अखबारां च कि ये जी सड़क आ मजीठे तो फतेहगढ़ चूड़िया अमृतसर तक जी पहल के आधार से जी एस्टीमेट पास हो गया पर असी इस एक नाटक समझते हाँ क्योंकि सानू कल एस डी एम मजीठा मैडम के नाल साढ़े तीन बजे गलबात हुई कि असी जी असी आप जी मंग पत्र देन आ रहे हैं पर उन्होंने कहा है कि असी दो हफ्ते तो ताड़िया बीड़िया एस डी एम मजीठा मुरदाबाद पी डबल्यू डी मुरदाबाद वेख के मैनू रात दिन नींद नहीं आई कि जिहड़ी आ इन्नी मुरदाबाद लोग तंग हैं मैं डी सी अमृतसर नूं स्पैशल एस डी एम मजीठा ने कहा कि मैं उहदे बह के दफ्तर दे विच वराग भी किया कि लोगों की जायज मंग है ये पहल के आधार से जिहड़ी आ प्रधानमंत्री के कोटे दे विच प्रोजेक्ट सड़क जिहड़ी आ अमृतसर तों मजीठा पाई जाए सानू विश्वास है कि जो एस डी एम मजीठा ने कहा है वह अपने दिली जिहड़ी आ उन्होंने डी सी साहब को फरियाद करके इलाके की मंग जिहड़ी आ पंजाब सरकार नूं भेजी आ पंजाब सरकार ने जिहड़ी आ सेंट्रल सरकार नूं भेजी आ जिहड़ी 31 किलोमीटर अमृतसर तों फतेहगढ़ चूड़ियां सानू आस है कि जिहड़ी आ सड़क जिहड़ी आ साडी इस कोटे दे विच पास हो चुकी आ पर उन्ना चिर असी इहनूं अमली जामा नहीं समझदे जिन्ना चिर जिहड़े आ टोए पूरे नहीं जाते नवी सड़क बनाई नहीं जाती एक सरकार सानू जी ड्रामा भी कर सकदियां ये असी स्पष्ट करना चाहते हैं कि जेकर आने वाले समय के 15 दिनों के कोई नवी कार्रवाई ना हुई तो अं फिर इस तरह जे वे पद्धर से किसान आगुआ के संयोग के नाल समूह पंचायतों के संयोग के नाल समूह लंबरदार के संयोग के नाल वड्डा मोर्चा जी फिर बिल्कुल डी सी दफ्तर अमृतसर इस तरह एस डी एम मजीठा के दफ्तर विखे लावे पी डबल्यू डी अमृतसर के दफ्तर लावे क्योंकि बड़े वे पद्धर से जी वे वे टोए जे पैण करके मीह पैण करके सप्पड़ का रूप धारण कर जाता है इस तरह रेलवे ट्रैक नव अच्छा तहसीलदार साहब अज जो इथे मंग पत्र दिता गया सर ओ बारे थोड़ा विस्तार नाल दस्यो जी अज भारतीय किसान यूनियन एकता वालों मंग पत्र दिता गया वा जी सड़क है मजीठा फतेहगढ़ चूड़िया रोड उस संबंधी काफ़ी दिक्कत आ रही है काफ़ी टोए पै गए कि पिछले काफ़ी समय तो बनी नहीं है हाँ जी तो अज डी साहब का बयान भी अखबार सड़क पास हो गई जल्दी तो जल्दी यहाँ काम शुरू हो जाए हाँ जी बाकी इन्हों मीट के कारखाने का दसिया वा डी साहब दौल के लिया के पोल्यूशन बोर्ड में उसे आप टीम भेजेंगे जो भी यहाँ कार्रवाई हो सकती है पूरा कार्रवाई करा सर एक गलां दे विच गल आई सी मंग दे विच इह नहीं सी लिखा गया कि कुछ पिंडां दे विच जिहड़े लिंक रोड बने गए आ छोटे रोड बने गए आ उहनां रोडां दे उत्ते किसान जिहड़े हैगे आ उह साडे भाई उहनां दे तों मिट्टी छांग रहे आ यानी कि उह जिहड़ी हैगी फुटपाथ है उह सारे जिहड़े अपनी पैड़ी च मिला रहे आ सो उहदे बारे कोई कारवाई होगी नाल दी नाल जे कोई
ਇਹੋ ਜਿਹਾ ਮਾਮਲਾ ਤੁਹਾਡੇ ਧਿਆਨ ਚ ਆਉਂਦਾ ਮੈਂ ਜ਼ਰੂਰ ਲਿਆਓ ਮੈਂ ਆਪਾਂ ਕਾਰਵਾਈ ਕਰਾਂਗੇ ਕਿਉਂਕਿ ਸੜਕ ਦੀ ਮਿੱਟੀ ਨੂੰ ਆਪਾਂ ਉਹਨੂੰ ਛੇੜ ਨਹੀਂ ਸਕਦੇ ਹਾਂਜੀ ਉਹਨੂੰ ਆਪਾਂ ਲੈਵਲ ਇੱਕ ਪੂਰਾ ਸੜਕ ਦਾ ਰੱਖਿਆ ਹੁੰਦਾ ਵਾ ਜਿੰਨਾ ਉਹਨੂੰ ਘੱਟ ਨਹੀਂ ਕਰ ਸਕਦਾ ਅੱਛਾ ਜਿਹੜੀ ਫਾਟਕ ਦੀ ਮੰਗ ਕੀਤੀ ਗਈ ਹੈ ਕਿ ਫਾਟਕ ਦੇ ਉੱਤੇ ਕੱਲ੍ਹ ਪਰਸੋਂ ਵੀ ਚੋਰੀਆਂ ਆਈਆਂ ਅਤੇ ਪਹਿਲਾਂ ਵੀ ਲਗਾਤਾਰ ਚੋਰੀਆਂ ਆਉਂਦੀਆਂ ਸਰ ਉਹਦੇ ਵਿੱਚ ਕੀ ਮਤਲਬ ਸੁਧਾਰ ਕੀਤਾ ਜਾਏਗਾ ਜੀ ਫਾਟਕ ਕਿਹੜਾ ਜੀ ਇੱਕ ਮਜੀਠਾ ਫਾਟਕ ਜੀ ਫਾਟਕ ਜੀ ਇਹਦੇ हरकत विच लिया जाएगा कि जिहड़ा लाइन दे उत्ते खलोते जाण जां कोई उहनां ते कारवाई कीती जावे क्योंकि रात दे समें दे उत्ते इत्थे चोरियां आउंदियां क्योंकि जदों भी राहगीर अपनी मोटरसाइकल जां गड्डी हौली करदे आ ते उहदे नूं लुट सुट हुंदी आ जी उत्ते ठीक है जी धन्यवाद जी।